ਦੇਖੋ ਇਹ ਟੀਮ ਉਸ ਵੇਲੇ ਆਈ ਹੈ ਜਦੋਂ ਕੱਲ ਪ੍ਰਧਾਨ ਮੰਤਰੀ ਨੇ ਬਾਲ ਦਿਵਸ ਮਨਾ ਕੇ ਜੈਕਾਰੇ ਛੱਡੇ, ਬੋਲੇ ਸੋਨਿਆਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਕੱਲ ਤਾਂ ਜੈਕਾਰੇ ਛੱਡੇ, ਅੱਜ ਸਾਨੂੰ ਚੜਾਉਣ ਵਾਸਤੇ ਐਸ ਵਾਈ ਐਲ ਦੀ ਟੀਮ ਭੇਜਤੀ। ਇਹ ਐਸ ਵਾਈ ਐਲ ਇੱਕ ਐਸਾ ਸੇਹ ਦਾ ਤਕੜਾ ਹੈ ਜਿਹਦੇ ਹੇਠਾਂ ਬਹੁਤ ਖੂਨ ਵਹਿ ਚੁੱਕਾ। ਪਿੱਛੇ ਜਦੋਂ ਐਸ ਵਾਈ ਐਲ ਦਾ ਸੇਹ ਦਾ ਤਕੜਾ ਗੱਡਿਆ, ਉਹਦੇ ਬਾਅਦ ਹਾਲਾਤ ਖਰਾਬ ਹੋਏ, ਸਾਡੇ ਹਜ਼ਾਰਾਂ ਨੌਜਵਾਨ ਸ਼ਹੀਦ ਹੋ ਗਏ, ਸਾਡੇ ਇੱਥੇ ਓਪਰੇਸ਼ਨ ਬਲੂ ਸਟਾਰ ਹੋਇਆ, ਓਪਰੇਸ਼ਨ ਬਲੈਕ ਥੰਡਰ ਹੋਇਆ, ਦਿੱਲੀ ਦੰਗੇ ਹੋਏ, ਕਾਨਪੁਰ ਦੰਗੇ ਹੋਏ, ਬੋਕਾਰੋ ਦੰਗੇ ਹੋਏ, ਇੰਨਾ ਖੂਨ ਵਹਿ ਚੁੱਕਾ। ਭਾਰਤ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਵੀ ਇਹੋ ਜਿਹੇ ਸੈਂਸਿਟਿਵ ਇਸ਼ੂ ਨੂੰ ਨਾ ਛੇੜਿਆ ਜਾਏ। ਉਹਨਾਂ ਨੇ ਹੁਣ ਫੇਰ ਇਹਨੂੰ ਛੇੜਨ ਵਾਸਤੇ ਐਸ ਵਾਈ ਐਲ ਦਾ ਇਸ਼ੂ, ਮੈਨੂੰ ਇੱਕ ਦੱਸਿਓ ਜੀ, ਨਹਿਰ ਜਦੋਂ ਕੋਈ ਨਿਕਲਦੀ ਹੈ, ਇਸੇ ਸਰਕਾਰਾਂ ਨੇ ਤੈਅ ਕੀਤਾ ਹੋਇਆ ਵੀ ਜੇ ਕੋਈ ਨਹਿਰ ਕੱਢਣੀ ਹੈ ਤਾਂ ਪਹਿਲਾਂ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਤੋਂ ਪਰਮਿਸ਼ਨ ਲਓ, ਔਰ ਜੇ ਜਿਸ ਸਟੇਟ ਨਾਲ ਸੰਬੰਧਿਤ ਹੈ ਉਹਦੀ ਕੰਸੈਂਟ ਲਓ। ਪੰਜਾਬ ਨੇ ਕੋਈ ਕੰਸੈਂਟ ਦਿੱਤੀ ਹੈ ਐਸ ਵਾਈ ਐਲ ਕੱਢਣ ਵਾਸਤੇ ਅੱਜ ਤੱਕ? ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਤੋਂ ਪਰਮਿਸ਼ਨ ਲਈ ਹੈ? ਜੇ ਹਰਿਆਣਾ ਆਪਣੇ ਤੌਰ ਤੇ ਕੋਈ ਆਪਣੀ ਜ਼ਮੀਨ ਪੱਟੀ ਜਾਂਦਾ, ਉਹਨੂੰ ਕੌਣ ਰੋਕ ਸਕਦਾ? ਤੇ ਜਾਂ ਇਲੀਗਲ ਕੰਮ ਉਹ ਕਰਦੇ ਨੇ ਕਰੀ ਜਾਣ, ਸਾਡੀ ਸਿਹਤ ਤੇ ਕੋਈ ਅਸਰ ਨਹੀਂ ਇਸ ਕਰਕੇ। ਪਰ ਦੂਸਰੀ ਗੱਲ ਇਹ ਵੀ ਹੈ ਵੀ ਪਿਛਲੇ ਹਫਤੇ ਹੀ ਭਾਰਤ ਸਰਕਾਰ ਨੇ ਜਿਹੜਾ ਵਾਟਰ ਰਿਸੋਰਸਿਸ ਦਾ ਸਟੇਟ ਮਿਨਿਸਟਰ ਹੈ, ਉਹਨੇ ਪਾਰਲੀਮੈਂਟ 'ਚ ਕਿਹਾ ਵੀ ਪੰਜਾਬ ਦਾ ਪਾਣੀ ਕ੍ਰਿਟੀਕਲ ਸਟੇਜ ਤੇ ਪਹੁੰਚ ਗਿਆ। ਇੱਥੇ 100 ਮੀਟਰ ਤੋਂ ਬਾਅਦ ਜਿਹੜਾ ਪਾਣੀ ਹੈ ਉਹਦੇ ਵਿੱਚ ਨਾਈਟ੍ਰੇਟਸ ਨੇ, ਉਹਦੇ ਵਿੱਚ ਫਾਸਫੇਟਸ ਨੇ, ਲੈਡ ਹੈ। ਕੇਂਦਰੀ ਵਾਟਰ ਰਿਸੋਰਸਿਸ ਮਿਨਿਸਟਰ, ਸਟੇਟ ਵਾਟਰ ਰਿਸੋਰਸਿਸ ਨਹੀਂ, ਸਿਖਾਵਤ ਤੋਂ ਛੋਟਾ, ਉਹਨੇ ਉੱਥੇ ਪਾਰਲੀਮੈਂਟ ਦੇ ਵਿੱਚ ਅਨਾਊਂਸ ਕੀਤਾ ਹੈ। ਉਹਨੇ ਕਿਹਾ ਬੜਾ ਕ੍ਰਿਟੀਕਲ ਸਟੇਜ ਤੇ ਪਹੁੰਚ ਗਿਆ ਪੰਜਾਬ ਦਾ ਪਾਣੀ, ਤੇ ਅਸੀਂ ਦਖਲ ਨਹੀਂ ਦੇ ਸਕਦੇ ਕਿਉਂਕਿ ਇਹ ਜਿਹੜਾ ਪਾਣੀ ਹੈ ਸਟੇਟ ਸਬਜੈਕਟ ਹੈ ਕੰਸਟੀਟਿਊਸ਼ਨ ਚ। ਸੂਬੇ ਦੀ ਸਰਕਾਰ ਨੂੰ ਇਹਦੀ ਚਿੰਤਾ ਕਰਨੀ ਚਾਹੀਦੀ ਹੈ। ਹੁਣ ਜੇ ਪਾਣੀ ਸਟੇਟ ਸਬਜੈਕਟ ਹੈ, ਤੁਸੀਂ ਇਹਦੇ ਵਿੱਚ ਦਖਲ ਦੇਣ ਵਾਸਤੇ ਕਿਉਂ ਵਾਰ ਵਾਰ ਆਉਂਦੇ ਹੋ ਜੀ? ਅਸੀਂ ਕਹਿੰਦੇ ਹਾਂ ਵੀ ਕੰਸਟੀਟਿਊਸ਼ਨ ਚ ਸੈਜ਼ਨ ਸ਼ਡਿਊਲ ਦੀ ਸਟੇਟ ਲਿਸਟ ਵਿੱਚ 17 ਨੰਬਰ ਤੇ ਪਾਣੀ ਦਰਜ ਹੈ, ਮੀਨਸ ਇਟ ਸਟੇਟ ਸਬਜੈਕਟ। ਤੁਸੀਂ ਇਹਦੇ ਚ ਦਖਲ ਨਹੀਂ ਦੇ ਸਕਦੇ, ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦੀ। ਇੱਕ ਗੱਲ, ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ ਚਿੱਠੀ ਲਿਖ ਕੇ ਪੁੱਛਿਆ ਵੀ ਜੀ ਮੈਨੂੰ ਦੱਸੋ, ਜੱਜਿਸ ਦੀ ਤਾਂ ਕੋਈ ਈਗੋ ਨਹੀਂ ਹੁੰਦੀ, ਉਹਨਾਂ ਤੇ ਕੰਸਟੀਟਿਊਸ਼ਨ ਔਰ ਕਾਨੂੰਨ ਨੂੰ ਦੇਖ ਕੇ ਇਨਸਾਫ ਦੇਣਾ ਹੁੰਦਾ। ਜੇ ਜੱਜਿਸ ਇੱਕ ਤਰਫਾ ਸੁਣ ਕੇ ਹੀ ਐਸ ਵਾਈ ਐਲ ਕਰੀ ਜਾਣ, ਫਿਰ ਕੀ ਇਨਸਾਫ ਹੋਏਗਾ? ਮੈਨੂੰ ਇਹ ਵੀ ਦੱਸਿਆ ਜਾਏ, ਸੁਪਰੀਮ ਕੋਰਟ ਦੱਸੇ ਕੋਈ ਇੱਕ ਕੇਸ ਸੁਪਰੀਮ ਕੋਰਟ ਦਾ ਅੱਜ ਤੱਕ ਆਜ਼ਾਦੀ ਤੋਂ ਬਾਅਦ ਇੱਕ ਕੇਸ ਕਿਸੇ ਨਾਨ ਰਾਈਪੇਰੀਅਨ ਸਟੇਟ ਨੂੰ ਉਹਨਾਂ ਨੇ ਪਾਣੀ ਦਿੱਤਾ ਹੋਵੇ, ਤੇ ਫਿਰ ਪੰਜਾਬ ਨਾਲ ਇਹ ਧੱਕਾ ਕਿਉਂ? ਤੋ ਇਹ ਸਾਰੀਆਂ ਗੱਲਾਂ ਓਪਨਲੀ ਧੱਕਾ ਹੋ ਰਿਹਾ। ਅੱਜ ਅਸੀਂ ਉਹ ਟੀਮ ਦਾ ਵਿਰੋਧ ਕਰਨ ਵਾਸਤੇ ਆਏ ਹਾਂ, ਤੇ ਜੇ ਸਰਕਾਰ ਨਹੀਂ ਸੁਣੂਗੀ ਫਿਰ ਅਸੀਂ 18 ਤਰੀਕ ਤੋਂ ਮੋਰਚਾ ਲਾ ਰਹੇ ਹਾਂ। ਮੋਰਚਾ ਕਿੱਥੇ ਲਾਉਂਗੇ? 18 ਚੰਡੀਗੜ੍ਹ। ਔਰ ਮੰਗ ਪੱਤਰ ਜੋ ਤੁਸੀਂ ਚੰਡੀਗੜ੍ਹ ਦਾ ਵੀ ਮਸਲਾ ਲਿਖਿਆ ਹੈ, ਹੋਰ ਕਿਹੜੇ ਮਸਲੇ ਨੇ? 7 ਮਸਲੇ ਨੇ, ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਜਾਂਦਾ, ਉਹ ਕਹਿੰਦੇ ਕਿ ਹਰਿਆਣਾ ਨੂੰ ਵੀ ਪਾਣੀ ਹੈ ਜੀ। ਸੁਪਰੀਮ ਕੋਰਟ ਦਾ ਹਵਾਲਾ ਅਸੀਂ ਦਿੱਤਾ ਮੈਮੋਰੰਡਮ ਚ, ਅਸੀਂ ਕਿਹੜਾ ਹੋਰ ਕਿਸੇ ਨੂੰ? ਉਹ ਕਹਿੰਦੇ ਨੇ ਕਿ ਹਰਿਆਣਾ ਨੂੰ ਵੀ ਪਾਣੀ ਜ਼ਰੂਰੀ ਹੈ, ਪ੍ਰਧਾਨ ਮੰਤਰੀ ਕਹਿੰਦੇ ਜ਼ਰੂਰ ਦੇਣ ਹਰਿਆਣੇ ਨੂੰ, ਜਮਨਾ ਚਾਹੁੰਦੇ ਦੇਣ, ਸਾਡੇ ਨਾਲ ਲੜਾਉਣਾ ਹੈ। ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਕਿ ਐਸ ਵਾਈ ਐਲ ਦੇ ਲਈ ਪਾਣੀ ਪੰਜਾਬ ਕੋਲ ਨਹੀਂ ਹੈ, ਹਰਿਆਣੇ ਨੂੰ ਜੇਕਰ ਪਾਣੀ ਦੇਣਾ ਹੈ ਤਾਂ ਯਮੁਨਾ ਚੋਂ ਦਿਆ ਜਾਏ। ਔਰ ਤਮਾਮ ਸਿਧਾਂਤ ਨੇ, ਸੁਪਰੀਮ ਕੋਰਟ ਦਾ ਹਵਾਲਾ ਵੀ ਦਿਆ ਜਾ ਰਿਹਾ ਹੈ ਕਿ ਕੋਈ ਵੀ ਇਸ ਤਰੀਕੇ ਦਾ ਕਾਨੂੰਨ ਨਹੀਂ ਹੈ ਕਿ ਪਾਣੀ ਜੇਕਰ ਨਾ ਹੋਵੇ। ਔਰ ਪਾਣੀ ਦੇ ਕ੍ਰਾਈਸਿਸ ਨੂੰ ਸਮਝਣਾ ਚਾਹੀਦਾ ਹੈ, ਪੰਜਾਬ ਦੇ ਕਿਸਾਨਾਂ ਦੇ ਜਿਹੜੇ ਕ੍ਰਾਈਸਿਸ ਨੇ ਉਹਨਾਂ ਨੂੰ ਸਮਝਣਾ ਚਾਹੀਦਾ। ਔਰ ਕੁੱਲ 7 ਮੰਗਾਂ ਨੇ ਜਿਸ ਬਾਬਤ ਮੈਮੋਰੈਂਡਮ ਲਿਖ ਕੇ
ਅੱਜ ਮੀਟਿੰਗ ਤੋਂ ਪਹਿਲਾਂ ਉੱਥੇ ਜੋ ਡੈਲੀਗੇਸ਼ਨ ਹੈ ਉਸਦੇ ਕੋਲ ਦਿਆ ਜਾਏਗਾ ਕਿਸਾਨਾਂ ਵੱਲੋਂ ਇਹ ਮੈਮੋਰੈਂਡਮ, ਔਰ ਖਾਸ ਕਰਕੇ ਇਹ ਵਿਰੋਧ ਜ਼ਰੂਰ ਹੈ ਕਿ SYL ਤੇ ਪਾਣੀਆਂ ਦੇ ਨਾਲ ਜਾਂ SYL ਨੂੰ ਲੈ ਕੇ ਕੋਈ ਵੀ ਸਮਝੌਤਾ ਕਿਸਾਨ ਨਹੀਂ ਕਰਨਗੇ, ਔਰ ਉਹ ਚਾਹੇ ਮੈਮੋਰੈਂਡਮ ਦੇ ਕੇ ਹੋਵੇ ਚਾਹੇ ਇੱਥੇ ਸੜਕਾਂ ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਕੇ। ਤੁਸੀਂ ਦੇਖੋ ਹੱਥਾਂ 'ਚ ਹਰੇ ਰੰਗ ਦੇ ਕਿਸਾਨੀ ਝੰਡੇ ਲੈ ਕੇ ਦਾਰਾ ਚੌਂਕ ਦੇ ਉੱਤੇ ਮੋਹਾਲੀ ਇਹ ਕਿਸਾਨ ਬੈਠੇ ਹੋਏ ਨੇ, ਔਰ SYL ਦਾ ਵਿਰੋਧ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਔਰ ਇਹ ਵੀ ਕਿ ਇਸ 'ਤੇ ਚਾਹੇ ਉਹ ਕੇਂਦਰ ਦੀ ਟੀਮ ਹੈ ਚਾਹੇ ਕੋਈ ਮੀਟਿੰਗ ਹੈ, ਉਸਦਾ ਬਾਈਕਾਟ ਹੋਣਾ ਚਾਹੀਦਾ, ਔਰ ਉਸ ਵਿਰੋਧ ਦੇ ਅੰਦਰ ਹੀ ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਜਾਣਾ ਚਾਹੀਦਾ। ਔਰ ਇੱਥੇ ਜਾਪ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਸ਼ਹੀਦੀ ਦਿਹਾੜੇ ਜਿਹੜੇ ਨੇ ਉਹ ਹੈ, ਉਹਨਾਂ ਦਾ ਦਿਨ ਹੈ। ਇਸ ਦਿਨਾਂ ਦੇ ਅੰਦਰ ਖਾਸ ਕਰਕੇ ਇਹ ਕਿਹਾ ਜਾ ਰਿਹਾ ਕਿ ਇਸ ਤਰੀਕੇ ਦਾ ਇਨੀਸ਼ੀਏਟਿਵ ਕਰਨਾ ਜਾਂ ਬੈਠਕ ਕਰਨਾ, ਮੀਟਿੰਗ ਕਰਨਾ, ਇਹ ਵੀ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਖਾਸ ਕਰਕੇ ਗਵਾਰ ਨਹੀਂ ਹੈ। ਔਰ ਇਹ ਇਸੀ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ, ਔਰ ਜਾਪ ਕੀਤਾ ਜਾ ਰਿਹਾ ਬੈਠ ਕੇ। ਸਤਨਾਮ ਵਾਹਿਗੁਰੂ। ਤਸਵੀਰਾਂ ਹੈ ਮੋਹਾਲੀ ਦੀਆਂ, ਔਰ ਕੁਝ ਦੇਰ ਦੇ ਅੰਦਰ ਇੱਥੋਂ ਚੰਡੀਗੜ੍ਹ ਵੱਲ ਕੂਚ ਕੀਤਾ ਜਾਏਗਾ ਇਹਨਾਂ ਕਿਸਾਨਾਂ ਵੱਲੋਂ, 5 ਕਿਸਾਨ ਜਥੇਬੰਦੀਆਂ ਹੈ ਔਰ ਬਾਕੀ ਇਕੱਠ ਲਈ ਵੀ ਜਿਹੜੇ ਜੀ ਦੇਖੋ ਇੱਕ ਵਾਰ ਤਸਵੀਰ ਜ਼ਰੂਰ ਵਿਖਾ ਦੂੰਗਾ ਕਿ ਇਹ ਦਾਰਾ ਚੌਂਕ ਹੈ, ਔਰ ਦੇਖੋ ਇੱਥੇ ਸਾਹਮਣੇ ਤੁਹਾਨੂੰ ਚੰਡੀਗੜ੍ਹ ਲਿਖਿਆ ਨਜ਼ਰ ਆਏਗਾ। ਦਾਰਾ ਚੌਂਕ ਤੋਂ ਜਦੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਹੈ, ਜਿੱਥੇ ਮੋਹਾਲੀ ਦਾ 6 ਫੇਸ ਹਸਪਤਾਲ ਹੈ, ਸੈਕਟਰ 56, 39 ਅਤੇ 38 ਵੈਸਟ ਹੈਗਾ, ਇਹ ਉਹ ਸਾਹਮਣੇ ਰੋਡ ਹੈ। ਇਸੇ ਚੌਂਕ 'ਤੇ ਕਿਸਾਨ ਬੈਠੇ ਹੋਏ ਨੇ, ਔਰ ਇੱਥੋਂ ਚੰਡੀਗੜ੍ਹ ਦਾ ਰਾਹ ਵੀ ਇਸੀ ਧਰਨੇ ਕਰਕੇ ਬੰਦ ਕੀਤਾ ਗਿਆ। ਐਂਟੀ ਰਾਇਟ ਫੋਰਸ ਤੁਹਾਨੂੰ ਨਜ਼ਰ ਆਏਗੀ, ਪੰਜਾਬ ਪੁਲਿਸ ਅਤੇ ਅੱਗੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਤੈਨਾਤ ਹੈ ਬੈਰੀਗੇਟਿੰਗ ਕਰਕੇ, ਤਾਂ ਕਿ ਇਹਨਾਂ ਕਿਸਾਨਾਂ ਨੂੰ ਰੋਕਿਆ ਜਾ ਸਕੇ ਔਰ ਲਾਅ ਐਂਡ ਆਰਡਰ ਜਿਹੜਾ ਹੈ ਉਹ ਡਿਸਟਰਬ ਨਾ ਹੋਵੇ, ਕੋਈ ਅੰਦਰ ਜਾ ਕੇ ਜਿਹੜਾ ਹੈ ਉਹ ਅੰਦਰ ਚੰਡੀਗੜ੍ਹ ਦੇ ਅੰਦਰ ਦਾਖਲ ਹੋ ਕੇ ਧਰਨਾ ਪ੍ਰਦਰਸ਼ਨ ਨਾ ਹੋਵੇ। ਔਰ ਇਸ ਰੋਡ ਦੇ ਨਾਲ ਨਾਲ ਕਿਉਂਕਿ ਦਾਰਾ ਚੌਂਕ ਜਿੱਥੇ ਜਿੱਥੇ ਕਨੈਕਟ ਕਰਦਾ, ਚਾਹੇ ਉਹ ਪਿੱਛੇ SAS ਨਗਰ ਹੈ, ਮੋਹਾਲੀ ਦਾ ਦੂਸਰਾ ਪਾਸਾ ਹੈ, ਤਾਂ ਉਹ ਰੋਡ ਵੀ ਜਿਹੜੇ ਨੇ ਉੱਥੇ ਦਾ ਟ੍ਰੈਫਿਕ ਵੀ ਪੁਲਿਸ ਮੋਨੀਟਰ ਕਰ ਰਹੀ ਹੈ। ਹਾਲਾਂਕਿ ਜਿਹੜਾ ਚੰਡੀਗੜ੍ਹ ਨੂੰ ਇੱਥੋਂ ਰਾਹ ਜਾਂਦਾ, ਕਿਉਂਕਿ ਕਿਸਾਨਾਂ ਨੇ ਇੱਥੇ ਇਕੱਠ ਕਰਕੇ ਇੱਥੇ ਬੈਠ ਕੇ ਫਿਰ ਚੰਡੀਗੜ੍ਹ ਵੱਲ ਕੂਚ ਕਰਨਾ, ਤਾਂ ਇਸ ਰੋਡ ਦੇ ਟ੍ਰੈਫਿਕ ਨੂੰ ਹੀ ਫਿਲਹਾਲ ਡਾਇਵਰਟ ਕੀਤਾ ਗਿਆ, ਆਮ ਲੋਕਾਂ ਨੂੰ ਇੱਥੋਂ ਆਉਣ ਜਾਣ ਲਈ ਕੋਈ ਦਿੱਕਤ ਨਾ ਆਏ ਉਹ ਡਾਇਵਰਟ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ। ਔਰ ਕਿਸਾਨਾਂ ਵੱਲੋਂ ਤੁਸੀਂ ਦੇਖੋ ਕਿ ਹੁਣ ਕੂਚ ਕਰਕੇ ਚੰਡੀਗੜ੍ਹ ਵੱਲ ਨੂੰ ਵਧਿਆ ਜਾ ਰਿਹਾ ਹੈ, ਪਰ ਮੋਹਾਲੀ ਦਾ ਇਸ ਚੌਂਕ ਦਾ ਟ੍ਰੈਫਿਕ ਜ਼ਰੂਰ ਡਾਇਵਰਟ ਕੀਤਾ ਗਿਆ। ਔਰ ਜਿੱਥੇ ਤੱਕ ਇਕੱਠ ਦੀ ਗੱਲ ਹੈ, ਤਾਂ ਕਿਸਾਨਾਂ ਦਾ 12 ਵਜੇ ਦਾ ਸੱਦਾ ਸੀਗਾ ਕਿ 12 ਵਜੇ ਇਕੱਠ ਕੀਤਾ ਜਾਏ, ਉਸ ਤੋਂ ਬਾਅਦ ਇਕੱਠ ਇੱਥੇ ਕਰਕੇ ਫਿਰ ਚੰਡੀਗੜ੍ਹ ਵੱਲ ਨੂੰ ਵਧਿਆ ਜਾਏਗਾ, ਪਰ ਇਕੱਠ ਜਿੰਨਾ ਹੋਇਆ ਹੈ ਉਸਦੇ ਨਾਲ ਹੀ ਹੁਣ ਕਿਸਾਨ ਅੱਗੇ ਵੱਧ ਰਹੇ ਨੇ। ਔਰ ਇਹ ਸਿੰਬੋਲਿਕ ਜ਼ਰੂਰ ਹੈ, ਚਾਹੇ ਇਕੱਠ, ਕਿਉਂਕਿ ਬਲਵੀਰ ਸਿੰਘ ਰਾਜੇਵਾਲ ਦਾ ਇਹ ਕਹਿਣਾ ਹੈ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਕੱਠ ਚਾਹੇ 500 ਬੰਦੇ ਦਾ ਹੋਵੇ, 1000 ਬੰਦੇ ਦਾ ਹੋਵੇ, ਲੇਕਿਨ ਇਹ ਵਿਰੋਧ ਜ਼ਰੂਰ ਹੈ, ਸਿੰਬੋਲਿਕ ਜ਼ਰੂਰ ਹੁੰਦਾ ਹੈ ਕਿ ਕਿਸਾਨ ਇਕੱਠੇ ਹੋ ਕੇ ਜਥੇਬੰਦੀਆਂ, 5 ਜਥੇਬੰਦੀਆਂ ਨੇ ਇਕੱਠ ਕਰਕੇ ਜਿਹੜਾ ਹੈ ਉਹ ਵਿਰੋਧ ਪ੍ਰਦਰਸ਼ਨ ਕੀਤਾ। ਅਤੇ ਕੇਂਦਰ ਦੀ ਅੱਜ ਦੀ ਬੈਠਕ ਦਾ ਜੋ ਪੰਜਾਬ ਅਤੇ ਹਰਿਆਣੇ ਨਾਲ ਹੈ, ਔਰ ਖਾਸ ਕਰਕੇ ਜਿਹੜੀ ਟੀਮ ਆਈ ਹੈ ਉਹਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਕੀਤਾ ਹੈ ਔਰ ਨਾਅਰੇਬਾਜ਼ੀ ਕੀਤੀ ਹੈ। ਔਰ ਦੂਜੇ ਪਾਸੇ ਤੁਹਾਨੂੰ ਨਜ਼ਰ ਆਏਗਾ ਸੜਕ 'ਤੇ ਅੱਗੇ ਵੀ ਬੈਰੀਗੇਟਿੰਗ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਗਈ ਹੈ, ਤਾਂ ਕਿ ਕਿਸਾਨ ਉੱਥੋਂ ਬੈਰੀਗੇਟਿੰਗ ਕ੍ਰੋਸ ਨਾ ਕਰਨ। ਔਰ ਜੋ ਰਾਜੇਵਾਲ ਉਹਨਾਂ ਨੇ ਹੁਣ ਗੱਲਬਾਤ ਕੀਤੀ ਹੈ, ਗੁਰਜੋਤ ਉਸ ਅੰਦਰ ਵੀ ਕਿਹਾ ਕਿ ਜਿੱਥੇ ਤੱਕ ਬੈਰੀਗੇਟਿੰਗ ਹੈ ਜਾਂ ਜਿੱਥੇ ਰੋਕਿਆ ਜਾਏਗਾ ਉੱਥੇ ਬੈਠ ਕੇ ਹੀ ਵਿਰੋਧ ਪ੍ਰਦਰਸ਼ਨ ਕਰਨਗੇ, ਔਰ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਪ ਕਰਕੇ ਵਿਰੋਧ ਆਪਣਾ ਦਰਜ ਕਰਵਾਉਣਗੇ
ਔਰ ਉਸ ਤੋਂ ਬਾਅਦ ਮੈਮੋਰੈਂਡਮ ਦੇ ਕੇ ਇਸ ਧਰਨੇ ਦੇ ਬਾਰੇ ਅੱਗੇ ਸੋਚਿਆ ਜਾਏਗਾ। ਔਰ ਜੇਕਰ ਅੱਜ ਕੋਈ ਇਸ ਬੈਠਕ ਬਾਬਤ ਜਾਂ ਇਸ ਇਹਨਾਂ ਦੇ ਵਿਰੋਧ ਬਾਬਤ ਕੋਈ ਸਿੱਟਾ ਨਹੀਂ ਨਿਕਲਿਆ ਜਾਂ ਨਹੀਂ ਵਿਚਾਰ ਕੀਤਾ ਗਿਆ ਸਰਕਾਰ ਵੱਲੋਂ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਕੇਂਦਰ ਦੀ ਇਸ ਵਈ ਹੱਲ ਤੇ ਖਾਸ ਕਰਕੇ ਜੋ ਇੱਕ ਕਸ਼ਮਕਸ਼ ਚੱਲੀ ਹੈ ਤਾਂ ਕਿਸਾਨਾਂ ਨੂੰ ਨਹੀਂ ਧਿਆਨ 'ਚ ਰੱਖਿਆ ਗਿਆ ਤਾਂ 18 ਜਨਵਰੀ ਨੂੰ ਜਿਹੜਾ ਹੈ ਉਹ ਪੱਕੇ ਤੌਰ 'ਤੇ ਮੋਰਚਾ ਲਗਾਇਆ ਜਾਏਗਾ। ਇਹ ਬਲਵੀਰ ਸਿੰਘ ਰਾਜੇਵਾਲ ਉਹਨਾਂ ਦਾ ਕਹਿਣਾ ਹੈ। ਔਰ ਹੱਥਾਂ 'ਚ ਬੈਨਰ ਫੜ ਕੇ ਤੁਸੀਂ ਦੇਖੋ ਕਿ ਇਸ ਬਾਬਤ ਵਿਰੋਧ ਕੀਤਾ ਜਾ ਰਿਹਾ। ਅਲੱਗ ਅਲੱਗ ਝੰਡੇ ਜਥੇਬੰਦੀਆਂ ਨੇ ਹੱਥ 'ਚ ਫੜੇ ਹੋਏ ਨੇ ਔਰ ਨਾਲ ਪੁਲਿਸ ਜ਼ਰੂਰ ਐਸਕੋਰਟ ਕਰ ਰਹੀ ਹੈ ਤਾਂ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਨਾ ਵਧਣ, ਕੋਈ ਬੈਰੀਗੇਟਿੰਗ ਨਾ ਟੁੱਟੇ। ਆਮ ਲੋਕ ਜੇ ਕੋਈ ਇੱਥੇ ਸ਼ਾਮਿਲ ਨੇ ਜਾਂ ਕਿਸਾਨ ਸ਼ਾਮਿਲ ਨੇ ਤਾਂ ਉਹਨਾਂ ਨੂੰ ਵੀ ਕੋਈ ਸੱਟ ਇਸ ਤਰੀਕੇ ਦੀ ਨਾ ਲੱਗੇ, ਕੋਈ ਹੜਦਮ ਜਿਹੜਾ ਹੈ ਉਹ ਨਾ ਮੱਚੇ। ਔਰ ਨੋ ਵੋਟਰ ਨੋ SVL ਔਰ ਕਿਸਾਨਾਂ 'ਚ ਤੁਹਾਨੂੰ ਨਜ਼ਰ ਆਏਗਾ ਜ਼ਿਆਦਾਤਰ ਉਹ ਕਿਸਾਨ ਨੇ ਜੋ ਪੁਰਾਣੇ ਨੇ, ਜੋ ਬਜ਼ੁਰਗ ਹੋਏ ਨੇ। ਔਰ ਕਿਸਾਨ ਹਾਲਾਂਕਿ ਕਦੇ ਬਜ਼ੁਰਗ ਨਹੀਂ ਹੁੰਦਾ, ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਦੇ ਲਈ ਇਹ ਮਸਲਾ ਜ਼ਰੂਰ ਇੰਪੋਰਟੈਂਟ ਹੈ, ਅਹਿਮ ਮਸਲਾ ਹੈ, ਕਿਉਂਕਿ ਪੁਰਾਣਾ ਇਸ ਇਸ਼ੂ ਨੂੰ ਸਮਝਦੇ ਨੇ ਔਰ ਪੁਰਾਣਾ ਦੇਖਿਆ ਵੀ ਹੈ ਕਿ ਕਿਵੇਂ ਇਸ ਮਸਲੇ 'ਤੇ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਤ੍ਰਾਸਦੀ ਹੋਈ ਹੈ, ਪੰਜਾਬ ਨੇ ਕਿਸ ਤਰੀਕੇ ਦੇ ਨਾਲ ਇਸ ਮਸਲੇ ਦਾ ਵਿਰੋਧ ਕੀਤਾ। ਔਰ ਜਾਪ ਕਰਕੇ ਹੁਣ ਕਿਸਾਨ ਅੱਗੇ ਵੱਧ ਰਹੇ ਨੇ, ਹੱਥਾਂ 'ਚ ਪੱਗਾਂ 'ਤੇ ਤੁਹਾਨੂੰ ਨਜ਼ਰ ਆਏਗਾ ਕਿ ਕਾਲੀ ਪੱਟੀਆਂ ਬੰਨੀਆਂ ਹੋਈਆਂ ਵਿਰੋਧ ਕਰਕੇ, ਕਿ ਇਹ ਸਿੰਬੋਲਿਕ ਕਿਉਂਕਿ ਹੈ ਤਾਂ ਵਿਰੋਧ ਇਸ ਚੀਜ਼ ਦਾ ਇਸ ਅੱਜ ਦੀ ਮੀਟਿੰਗ ਦਾ SVL 'ਤੇ ਗੁਰਜੋਤ ਤੋਂ ਕੀਤਾ ਜਾ ਰਿਹਾ। ਔਰ 7 ਮੰਗਾਂ ਨੇ ਜਿਸ 'ਚ SVL ਦੇ ਨਾਲ ਨਾਲ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੈ, ਚੰਡੀਗੜ੍ਹ ਪੰਜਾਬ ਦਾ ਹੈ, ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਉਹ ਮਸਲਾ ਹੈ, ਉਸ ਤੋਂ ਇਲਾਵਾ SVL ਜਿਹੜੀ ਹੈ ਉਸ ਦਾ ਵਿਰੋਧ ਹੈ, ਪੰਜਾਬ ਦੇ ਜਿਹੜੇ ਕੇਂਦਰ ਸਰਕਾਰ ਦੀ ਜਿਹੜੀ ਸਿਹਤ ਅਤੇ ਐਜੂਕੇਸ਼ਨਲ ਡਿਪਾਰਟਮੈਂਟ ਹੈ ਉਹ ਸੇਵਾਵਾਂ ਨੇ, ਵਿੱਦਿਅਕ ਸੇਵਾਵਾਂ ਨੇ, ਉਹਨਾਂ ਮਸਲਿਆਂ 'ਤੇ ਕੇਂਦਰ ਦਖਲ ਨਾ ਦੇਵੇ ਤਾਂ ਇੱਕ ਸੋਵਰਨਿਟੀ ਦੀ ਗੱਲ ਹੈਗੀ ਹੈ ਇਹਨਾਂ ਕਿਸਾਨਾਂ ਵੱਲੋਂ ਕਿ ਜਿਹੜੇ ਸਟੇਟ ਦੇ ਅਧਿਕਾਰ ਨੇ, ਫੈਡਰਲਿਜ਼ਮ ਹੈ ਸਟੇਟ ਦਾ, ਉਹ ਖਰਾਬ ਨਾ ਹੋਵੇ। ਸਟੇਟ ਦੇ ਅਧਿਕਾਰ ਜਿਹਨਾਂ ਵਿਸ਼ਿਆਂ 'ਤੇ ਨੇ, ਚਾਹੇ ਉਹ ਪਾਣੀ ਹੈ, ਚਾਹੇ ਸਿਹਤ ਹੈ, ਚਾਹੇ ਐਜੂਕੇਸ਼ਨ ਹੈ, ਤਾਂ ਉਸਦੇ ਅੰਦਰ ਕੇਂਦਰ ਦਖਲ ਨਾ ਦੇਵੇ, ਇਹ ਵੀ ਮੈਮੋਰੈਂਡਮ ਦੇ ਅੰਦਰ ਲਿਖਿਆ ਗਿਆ ਹੈ। ਔਰ ਪਾਣੀ ਦੇ ਨਾਲ ਕਿਵੇਂ ਪਾਣੀ ਪੋਲਿਊਟਿਡ ਹੈ, ਉਸ 'ਤੇ ਕੇਂਦਰ ਕੀ ਕਰ ਰਹੀ ਹੈ, ਉਸ 'ਤੇ ਕੀ ਹੱਲ ਕਰਨਾ ਚਾਹੀਦਾ, ਉਹ ਵੀ ਕੇਂਦਰ ਵੱਲੋਂ ਕੇਂਦਰ ਨੂੰ ਇੱਕ ਮੈਮੋਰੈਂਡਮ ਲਿਖ ਕੇ ਇਹਨਾਂ ਕਿਹਾ ਗਿਆ ਹੈ ਇਹਨਾਂ ਵੱਲੋਂ। ਔਰ ਖਾਸ ਕਰਕੇ ਜੋ ਫਲ ਸਬਜ਼ੀਆਂ ਅਤੇ ਫਸਲਾਂ ਬਾਬਤ ਜਿੰਨੀ ਖਰੀਦ ਹੈ ਉਸਨੂੰ ਯਕੀਨੀ ਬਣਾਉਣਾ, ਮਤਲਬ ਇੱਕ ਸਾਫ਼ ਤੌਰ 'ਤੇ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਮਤਲਬ ਇਹੀ ਹੈ ਕਿ SVL ਦੇ ਇਲਾਵਾ ਹੋਰ ਮਸਲੇ ਬਹੁਤ ਨੇ ਜਿਨ੍ਹਾਂ 'ਤੇ ਕੇਂਦਰ ਨੂੰ ਉਸ ਤਰੀਕੇ ਦੇ ਨਾਲ ਸੰਜੀਦਗੀ ਦਿਖਾਉਣੀ ਚਾਹੀਦੀ ਹੈ, ਪਰ ਉਹ ਨਹੀਂ ਦਿਖਾਈ ਜਾ ਰਹੀ। ਚਾਹੇ ਉਹ MSP ਹੈ, ਚਾਹੇ ਉਹ ਪੋਲਿਊਟਿਡ ਪਾਣੀ ਹੈ, ਗੰਦਾ ਪਾਣੀ ਹੋ ਚੁੱਕਿਆ, ਗਰਾਊਂਡ ਵਾਟਰ ਥੱਲੇ ਜਾ ਚੁੱਕਿਆ ਹੈ, ਔਰ SVL ਦੀ ਚਾਹੇ ਉਹ ਸਾਰੀ ਬਾਬਤ ਹੈ, ਤਾਂ ਇਹ ਤਮਾਮ ਚੀਜ਼ਾਂ ਹੈ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ। ਔਰ ਤੁਹਾਨੂੰ ਨਜ਼ਰ ਆਏਗਾ ਕਿ ਧਾਰਾ 78, 80 ਰੱਦ ਕਰੋ, ਇਹ ਵੀ ਲਿਖਿਆ ਹੈ। ਔਰ ਇਹ ਕਿਸਾਨ ਜਿਹੜੇ ਨੇ ਉਹ ਨਾਅਰੇਬਾਜ਼ੀ ਕਰਕੇ ਚੰਡੀਗੜ੍ਹ ਵੱਲ ਨੂੰ ਵੱਧ ਰਹੇ ਨੇ। ਗੁਰਜੋਤ
ਦੇਖੋ ਮੋਹਾਲੀ ਜਿਹੜਾ 6 ਫੇਸ ਹਸਪਤਾਲ ਹੈ ਸਭ ਤੋਂ ਪਹਿਲੀ ਬੈਰੀਗੇਟਿੰਗ ਜਿੱਥੇ ਕਿਸਾਨ ਹੁਣ ਵੱਧ ਰਹੇ ਨੇ ਇਸ ਰੋਡ ਤੇ ਸਭ ਤੋਂ ਪਹਿਲੀ ਬੈਰੀਗੇਟਿੰਗ ਉਸ 6 ਫੇਸ ਮੋਹਾਲੀ ਦਾ ਜਿਹੜਾ ਹਸਪਤਾਲ ਹੈ ਉਸ ਦੇ ਬਾਹਰ ਹੀ ਹੈ ਔਰ ਉੱਥੇ ਇਹਨਾਂ ਕਿਸਾਨਾਂ ਨੂੰ ਰੋਕਿਆ ਜਾਏਗਾ ਕੋਸ਼ਿਸ਼ ਪੁਲਿਸ ਦੀ ਹੈ ਕਿਉਂਕਿ ਬੈਰੀਗੇਟਿੰਗ ਉੱਥੇ ਹੈ ਔਰ ਕਿਹਾ ਜਾਏਗਾ ਕਿ ਅੱਗੇ ਵਧਣ ਦੀ ਪਰਮਿਸ਼ਨ ਕਿਉਂਕਿ ਨਹੀਂ ਹੈ ਔਰ ਧਾਰਾ 144 ਲਾਗੂ ਕੀਤੀ ਗਈ ਹੈ ਪੁਲਿਸ ਬਲ ਜਿਹੜਾ ਹੈ ਉਹ ਤੈਨਾਤ ਹੈ ਤੁਸੀਂ ਦੇਖੋ ਕਿ ਜਾਪ ਕਰਕੇ ਅੱਗੇ ਵੱਧ ਰਹੇ ਨੇ ਔਰ ਇਹ ਸਭ ਤੋਂ ਪਹਿਲੀ ਬੈਰੀਗੇਟਿੰਗ ਮੋਹਾਲੀ 6 ਫੇਸ ਹਸਪਤਾਲ ਦੇ ਬਾਹਰ ਹੈ ਉੱਥੇ ਹੀ ਇਹਨਾਂ ਨੂੰ ਰੋਕਿਆ ਜਾਏਗਾ ਔਰ ਸਿੱਧੇ ਤੌਰ ਤੇ ਪੋਸੀਬਲ ਹੈ ਕਿ ਕਿਸਾਨ ਉੱਥੇ ਹੀ ਬੈਠ ਕੇ ਆਪਣਾ ਵਿਰੋਧ ਦਰਜ ਕਰਾਉਣਗੇ ਔਰ ਨਾਰੀਬਾਜ਼ੀ ਕਰਨਗੇ ਜਾਪ ਕੀਤਾ ਜਾ ਰਿਹਾ ਕਿਉਂਕਿ ਔਰ ਬਲਵੀਰ ਸਿੰਘ ਰਾਜਿਆਂ ਤੁਹਾਨੂੰ ਨਜ਼ਰ ਆਉਣਗੇ ਕਿ ਅੱਗੇ ਵੱਧਦੇ ਹੋਏ ਬਾਕੀ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜਾ ਹੈ ਉਹ ਅੱਗੇ ਵੱਧ ਰਹੇ ਨੇ ਔਰ ਕੋਸ਼ਿਸ਼ ਇਹ ਹੈ ਕਿ ਇਹ ਬੈਠਕ ਬਾਬਤ ਜਿਹੜਾ ਹੈ ਉਹ ਵਿਰੋਧ ਕੀਤਾ ਕਿਉਂਕਿ ਜਾ ਰਿਹਾ ਤੇ ਇਸ ਬੈਠਕ ਬਾਬਤ ਜਿਹੜੀ ਟੀਮ ਆ ਰਹੀ ਹੈ ਜਾਂ ਜਿਹੜੇ ਅਫਸਰ ਇਸ ਬੈਠਕ ਦਾ ਹਿੱਸਾ ਬਣ ਰਹੇ ਨੇ ਸਰਕਾਰ ਦੇ ਨੁਮਾਇੰਦੇ ਹਿੱਸਾ ਬਣ ਰਹੇ ਨੇ ਤਾਂ ਉਹਨਾਂ ਤੱਕ ਇਹ ਮੈਸੇਜ ਜਾਵੇ ਔਰ ਉਹ ਆ ਕੇ ਇਹ ਕਿਸਾਨਾਂ ਦਾ ਕੰਸਰਨ ਜਿਹੜਾ ਹੈ ਉਹ ਸੁਣ ਗੁਰਜੋਤ ਦੇਖੋ ਕਿਸਾਨ ਜਿਹੜੇ ਨੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਅੱਗੇ ਵੱਧ ਰਹੇ ਨੇ ਕਿਉਂਕਿ ਉਹ ਪਿਛਲਾ ਤਜਰਬਾ ਕਿਸਾਨਾਂ ਦੇ ਕੋਲ ਬਹੁਤ ਹੈ ਧਰਨੇ ਪ੍ਰਦਰਸ਼ਨਾਂ ਦਾ ਚਾਹੇ ਉਹ ਕਿਸੇ ਮਸਲੇ ਤੇ ਹੋਵੇ ਔਰ ਉਹ ਤਜਰਬੇ ਦੇ ਤਹਿਤ ਹੀ ਕਿਸਾਨਾਂ ਨੂੰ ਇਹ ਪਤਾ ਹੈ ਕਿ ਕਿਵੇਂ ਜਿਹੜਾ ਹੈ ਇਸਨੂੰ ਆਰਗੇਨਾਈਜ਼ ਕਰਨਾ ਹੈ ਤਾਂ ਕਿ ਕਾਨੂੰਨ ਵਿਵਸਥਾ ਵੀ ਖਰਾਬ ਨਾ ਹੋਵੇ ਵਿਰੋਧ ਵੀ ਦਰਜ ਕਰਵਾਇਆ ਜਾ ਸਕੇ ਔਰ ਇਹੀ ਕਾਰਨ ਹੈ ਕਿ ਸਿੱਧਾ ਮੋਹਾਲੀ ਦੇ ਉਸ ਚੌਂਕ ਤੇ ਆ ਕੇ ਜੋ ਦਾਰਾ ਚੌਂਕ ਹੈ ਤਾਂ ਉਸ ਚੌਂਕ ਤੇ ਆ ਕੇ ਚੰਡੀਗੜ੍ਹ ਵੱਲ ਨੂੰ ਕੂਚ ਕਰਨਾ ਕਿਉਂਕਿ ਮਹਿਜ਼ 500 ਮੀਟਰ ਦੀ ਦੂਰੀ ਤੇ ਚੰਡੀਗੜ੍ਹ ਬਾਰਡਰ ਹੈ ਔਰ ਜੇ ਤੁਸੀਂ ਦੇਖੋ ਵੀ ਤਾਂ ਸੈਕਟਰ 39 ਉਹ ਸੈਕਟਰ ਹੈ ਜਿੱਥੇ ਜ਼ਿਆਦਾਤਰ ਸਰਕਾਰੀ ਰਿਹਾਇਸ਼ਾਂ ਹੈ ਮੰਤਰੀਆਂ ਦੀਆਂ ਪੰਜਾਬ ਸਰਕਾਰ ਦੇ ਤਾਂ ਔਰ ਕੇਂਦਰ ਕਿਉਂਕਿ ਚੰਡੀਗੜ੍ਹ 'ਚ ਐਂਟਰ ਕਰਨਾ ਤਾਂ ਯਾਨੀ ਕਿ ਕੇਂਦਰ ਖਿਲਾਫ਼ ਪ੍ਰਦਰਸ਼ਨ ਕਰਨਾ ਤਾਂ ਇਸੇ ਕਰਕੇ ਇਸ ਚੌਂਕ ਨੂੰ ਚੁਣਿਆ ਗਿਆ ਔਰ ਇੱਥੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਜਦੋਂ ਪੈਦਲ ਤੁਰ ਕੇ ਜਾਣਗੇ ਔਰ ਅੱਗੇ ਬੈਰੀਗੇਟਿੰਗ 'ਤੇ ਰੁਕਣਗੇ ਤਾਂ ਇਹ ਔਰਗਨਾਈਜ਼ ਕਰਨਾ ਵੀ ਕਿਸਾਨਾਂ ਲਈ ਜਿਹੜਾ ਹੈ ਉਹ ਆਸਾਨ ਸੀਗਾ ਇਸੇ ਕਰਕੇ ਇਸ ਨੂੰ ਐਵੇਂ ਔਰਗਨਾਈਜ਼ ਕਰਕੇ ਕਿਸਾਨਾਂ ਨੇ ਵਿਰੋਧ ਜਿਹੜਾ ਹੈ ਉਹ ਕਰਨਾ ਸ਼ੁਰੂ ਕੀਤਾ ਹੈ ਕਿ ਬਾਕੀ ਆਵਾਜਾਈ 'ਚ ਜਾਂ ਬਾਕੀ ਸ਼ਹਿਰ ਦੀ ਹਲਚਲ 'ਚ ਖਲਲ ਨਹੀਂ ਪਏਗਾ ਔਰ ਕਿਉਂਕਿ ਬਾਕੀ ਜੇਕਰ ਅੱਜ ਕਿਸਾਨ ਜੇ ਕਹੀਏ ਤਾਂ ਪੈਦਲ ਮਾਰਚ ਕਰ ਰਹੇ ਨੇ ਕੋਈ ਉਸ ਤਰੀਕੇ ਦਾ ਪ੍ਰਦਰਸ਼ਨ ਨਹੀਂ ਹੈ ਕਿ ਕੋਈ ਟਰੈਕਟਰ ਹੈ ਕੋਈ ਹੁੱਲੜਬਾਜ਼ੀ ਹੈ ਸਾਰੇ ਕਿਸਾਨ ਤੁਹਾਨੂੰ ਉਹ ਨਜ਼ਰ ਆਉਣਗੇ ਜਿਨ੍ਹਾਂ ਦੀ ਉਮਰ ਵੀ ਜੋ ਪੁਰਾਣੇ ਕਿਸਾਨ ਨੇ ਸਿੱਧੇ ਤੌਰ 'ਤੇ ਔਰ ਨੌਜਵਾਨ ਜਿਹੜੇ ਨੇ ਇਸ ਧਰਨੇ ਦੇ ਅੰਦਰ ਹਾਲਾਂਕਿ ਤੁਹਾਨੂੰ ਅੱਗੇ ਘੱਟ ਨਜ਼ਰ ਆਉਣਗੇ ਪਿੱਛੇ ਜ਼ਰੂਰ ਨੌਜਵਾਨ ਮੌਜੂਦ ਨੇ ਇਸ ਮਾਰਚ ਦੇ ਅੰਦਰ ਜੋ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਿਉਂਕਿ ਕੁਝ ਹੀ ਦੂਰੀ 'ਤੇ ਬੈਰੀਗੇਟਿੰਗ ਹੈ ਪੁਲਿਸ ਜਿਹੜੇ ਪੁਲਿਸ ਅਫਸਰ ਨੇ ਉਹ ਇੱਥੇ ਆ ਕੇ ਗੱਲਬਾਤ ਕਰਕੇ ਗਏ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅੱਗੇ ਬੈਰੀਗੇਟਿੰਗ ਹੈ ਰੁਕਿਆ ਜਾਵੇ ਔਰ ਵਿਰੋਧ ਪ੍ਰਦਰਸ਼ਨ ਕੋਈ ਇਸ ਤਰੀਕੇ ਦਾ ਨਾ ਕੀਤਾ ਜਾਵੇ ਜਿਸ 'ਤੇ ਕਾਨੂੰਨ ਵਿਵਸਥਾ